ਸਾਡੀ ਜ਼ਿੰਦਗੀ ਬਰਬਾਦ ਕਰਤੀ। ਮੇਰੀ ਮਾਂ ਮੈਂ ਜਦੋਂ ਘਰੇ ਆਇਆ ਮੇਰੀ ਮਾਤਾ ਦਾ ਸਿਰ ਸਾਰਾ ਖੁੱਲਿਆ ਹੋਇਆ ਸੀ, ਸਾਰਾ ਹੀ ਰਸੋਈ ਖੂਨੋ ਖੂਨ ਹੋਈ ਗਈ ਸੀ। ਕਿਹਨੇ ਮਾਰਿਆ? ਮੇਰੇ ਪਾਪਾ ਨੇ ਮਾਰਿਆ। ਕੋਈ ਡਰਿੰਕ ਵਗੈਰਾ ਵੀ ਕਰਦੇ ਸੀ ਕਿ ਕਿੱਦਾਂ? ਕਿਵੇਂ ਡਰਿੰਕ ਵੀ ਲੈਂਦੇ ਸੀ, ਨਸ਼ੇ ਵਾਲੀਆਂ ਗੋਲੀਆਂ ਵੀ ਲੈਂਦੇ ਸੀ। ਉਹ ਮਾਰਨ ਤੋਂ ਬਾਅਦ ਉਹ ਪੁਲਿਸ ਵਾਲਿਆਂ ਕੋਲ ਜਾ ਕੇ ਆਇਆ, ਮੇਰੀ ਪੁਲਿਸ ਵਾਲਿਆਂ ਨਾਲ ਵੀ ਗੱਲ ਹੋਈ ਆ। ਉਹ ਕਹਿੰਦਾ ਵੀ ਮੈਂ ਜੋ ਕੁਛ ਕਰਨਾ ਸੀ ਕਰਤਾ, ਅੱਗੇ ਮੈਂ ਪਊਆ ਪੀਣਾ ਸੀ, ਅੱਜ ਮੈਂ ਪਾਣੀ ਬੋਤਲ ਪੀਤੀ ਆ, ਮੈਂ ਧਾਰਿਆ ਵੈਸੇ ਇਹਨੂੰ ਮੈਂ ਮਾਰਨਾ, ਅੱਜ ਮੈਂ ਮਾਰਤੀ। 14 ਸਾਲ ਮੇਰੇ ਨਾਲ ਰਹੀ, ਮੈਂ ਕਦੀ ਲੜ ਕੇ ਮੁੰਡੇ ਨੇ ਦਾਤੀ ਚੱਕ ਲਈ, ਦਾਤੀ ਮਾਰੀ, ਦੋ ਤਿੰਨ ਵਜੇ ਹੱਥੋਂ ਪਾਈ ਹੋਏ, ਦਾਤੀ ਟੁੱਟ ਗਈ, ਪੜਦੇ ਜਾਣੇ ਵੀ ਦਾਤੀ ਫਸੀ ਹੋਈ ਆ, ਹੈਂਡਲ ਅੱਡ ਪਿਆ। ਪਹਿਲਾਂ ਵੀ ਕੋਈ ਲੜਾਈ ਝਗੜਾ ਹੁੰਦਾ ਸੀ? ਨਾ, ਕਦੀ ਚਪੇੜ ਨਹੀਂ ਮਾਰੀ ਸੀ। ਮੈਨੂੰ ਕਹਿੰਦਾ ਕਿ ਜਨਾਨੀ ਨੂੰ ਕੁੱਟਣਾ ਕਾਹਦਾ, ਕਹਿੰਦਾ ਉਹ ਗਲਤ ਬੰਦੇ ਜਿਹੜੇ ਜਨਾਨੀ ਨੂੰ ਕੁੱਟਦੇ, ਕਹਿੰਦਾ ਮੈਂ ਤਾਂ ਚਪੇੜ ਮਾਰ ਕੇ ਨਹੀਂ ਵੇਖੀ। ਅਤੇ ਜਦੋਂ ਤੁਸੀਂ ਆਏ ਆ ਇੱਥੇ ਕੀ ਦੇਖਿਆ? ਮੌਕੇ ਦੇ ਕੋਲ ਪੁਲਿਸ ਆਈ, ਕੋਈ ਕਿੱਦਾਂ ਕੀ ਕੀਤਾ? ਉਹ ਤਾਂ ਮੋਦੀ ਪਈ ਸੀ ਰਸੋਈ 'ਚ, ਤਾਂ ਵੇਖਣ ਨਹੀਂ ਦਿੱਤਾ ਕੁਛ ਵੀ, ਇੱਥੇ ਤਾਂ ਬਹੁਤ ਇਕੱਠ ਸੀਗਾ। ਮੇਰੀ ਮਾਤਾ ਜੀ ਘਰੇ ਸੀਗੇ, ਮੇਰੇ ਪਾਪਾ ਵੀ ਘਰੇ ਸੀਗੇ, ਮੇਰਾ ਭਰਾ ਅੱਜ ਮੇਰੀ ਜਗ੍ਹਾ ਕੰਮ 'ਤੇ ਗਿਆ ਹੋਇਆ ਸੀਗਾ। ਅੱਜ ਸਾਡੇ ਸਕੂਲ ਟ੍ਰਿਪ ਸੀਗੀ, ਅਨੰਦਪੁਰ ਸਾਹਿਬ ਜਾਣਾ ਸੀਗਾ ਜੀ, ਮੈਂ ਉੱਥੇ ਗਿਆ। ਅਤੇ ਜਦੋਂ ਮੇਰਾ ਭਰਾ ਆਇਆ, ਉਦੋਂ ਪਹਿਲਾਂ ਹੀ ਹੈ ਨਾ ਇਹ ਕੰਮ ਹੋਇਆ ਹੋਇਆ ਸੀਗਾ, ਅਤੇ ਮੇਰੇ ਪਾਪਾ ਆਪ ਹੀ ਜਾ ਕੇ ਹੈ ਨਾ ਪੁਲਿਸ ਵਾਲਿਆਂ ਨੂੰ ਸੱਦ ਕੇ ਲਿਆਏ ਆ। ਮੇਰੀ ਮਾਂ ਮੈਂ ਜਦੋਂ ਘਰੇ ਆਇਆ ਮੇਰੀ ਮਾਤਾ ਦਾ ਸਿਰ ਸਾਰਾ ਖੁੱਲਿਆ ਹੋਇਆ ਸੀ, ਸਾਰਾ ਹੀ ਰਸੋਈ ਖੂਨੋ ਖੂਨ ਹੋਈ ਗਈ ਸੀਗੀ। ਕਿਹਨੇ ਮਾਰਿਆ? ਮੇਰੇ ਪਾਪਾ ਨੇ ਮਾਰਿਆ। ਕੀ ਗੱਲ ਹੋ ਗਈ ਜਿਹੜਾ ਉਹਨਾਂ ਨੂੰ ਇੱਦਾਂ ਚੱਕਣਾ ਪਿਆ ਹੋਇਆ ਹੈ? ਸਾਨੂੰ ਕੁਛ ਪਤਾ ਨਹੀਂ ਗਈ, ਅਸੀਂ ਸਕੂਲ ਵੱਲੋਂ ਟ੍ਰਿਪ 'ਤੇ ਗਏ ਹੋਏ ਸੀਗੇ ਜੀ। ਪਹਿਲਾਂ ਵੀ ਕੋਈ ਲੜਾਈ ਝਗੜੇ ਹੁੰਦਾ ਸੀ ਘਰੇ? ਇੱਦਾਂ ਪਹਿਲਾਂ ਵੀ ਬੋਲਦੇ ਰਹਿੰਦੇ ਸੀ ਆਪਸ 'ਚ। ਅੱਛਾ, ਕੋਈ ਡਰਿੰਕ ਵਗੈਰਾ ਵੀ ਕਰਦੇ ਸੀ ਕਿ ਕਿੱਦਾਂ? ਕਿਵੇਂ ਜੀ? ਡਰਿੰਕ ਵੀ ਲੈਂਦੇ ਸੀ, ਨਸ਼ੇ ਵਾਲੀਆਂ ਗੋਲੀਆਂ ਵੀ ਲੈਂਦੇ ਸੀ। ਅੱਜ ਵੀ ਨਸ਼ੇ ਸੀ ਜੀ ਜਦੋਂ? ਹਾਂਜੀ। ਕੀ ਕੀਤਾ ਹੋਇਆ ਸੀ ਅੱਜ? ਕੀ ਨਸ਼ਾ ਕੀਤਾ ਸੀ ਕੋਈ ਪਤਾ? ਅੱਜ ਦਾਰੂ ਵੀ ਪੀਤੀ ਹੋਈ ਸੀਗੀ ਅਤੇ ਗੋਲੀਆਂ ਵੀ ਖਾਧੀਆਂ ਹੋਈਆਂ ਸੀਗੀਆਂ ਜੀ। ਅਤੇ ਉੱਧਰ ਜਦੋਂ ਪੁਲਿਸ ਵਾਲੇ ਵੀ ਕਹੀ ਜਾਂਦੇ ਸੀਗੇ ਕਿ ਤੁਸੀਂ ਪੀਤੀ ਹੋਈ ਆ, ਨਾ ਬਾਲਾ ਬਣ। ਕਾਹਦੇ ਨਾਲ ਮਾਰਿਆ ਕੁਛ ਪਤਾ ਵੀਰੇ? ਐਂ ਤਾਂ ਪਹਿਲਾਂ ਉਹ ਕਹਿੰਦੇ ਕਿ ਦਾਤੀ ਨਾਲ ਮਾਰਿਆ, ਅੰਦਰ ਬਾਹਰ ਆ ਕੇ ਰਸੋਈ 'ਚ ਜੋ ਰੋਟੀ ਲਾਉਣ ਲੱਗੇ ਉਦੋਂ ਤਵੇ ਨਾਲ ਮਾਰਿਆ, ਰੋਟੀ ਲਾਉਣ ਵਾਲੇ ਸਿਰ 'ਚ ਮਾਰੇ ਗਏ। ਹਾਂਜੀ। ਕੀ ਨਾਂ ਜੀ ਤੁਹਾਡਾ? ਮਨਜੀਤ ਕੌਰ। ਤੁਹਾਡੀ ਕੁੜੀ ਨਾਲ ਕੀ ਹੋਇਆ? ਅਸੀਂ ਤਾਂ ਭਰਾਵਾ ਹੈ ਹੀ ਨਹੀਂ ਸੀ ਘਰੇ। ਤੁਸੀਂ ਆ ਕੇ ਦੇਖਿਆ ਕੀ ਹੋਇਆ? ਉਦੋਂ ਤਾਂ ਪੁਲਿਸ ਲੈ ਚੱਲੀ ਸੀ ਕਿ ਜਦੋਂ ਤੁਸੀਂ ਆਏ, ਘਰੇ ਤਾਂ ਕੋਈ ਵੀ ਨਹੀਂ ਸੀਗਾ। ਜਵਾਕ ਅਨੰਦਪੁਰ ਸਾਹਿਬ ਗਿਆ ਸੀਗਾ, ਉਹ ਡੈਰੀ ਤੇ ਗਿਆ ਸੀ। ਤੁਹਾਡੇ ਕੀ ਲੱਗਦੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ? ਮੇਰੀ ਨੂੰਹ ਸੀ ਵੱਡੀ। ਕਿਹਦੇ ਵੱਲੋਂ ਮਾਰਿਆ ਗਿਆ ਉਹਨਾਂ ਨੂੰ? ਉਹਦੇ ਘਰ ਵਾਲੇ ਵੱਲੋਂ। ਕਿਵੇਂ ਕਿਉਂ ਮਾਰਿਆ ਗਿਆ? ਕੋਈ ਨਸ਼ਾ ਨੁਸ਼ਾ ਕਰਦੇ ਸੀ ਕਿੱਦਾਂ? ਪਹਿਲਾਂ ਵੀ ਕੋਈ ਲੜਾਈ ਝਗੜਾ ਹੁੰਦਾ ਸੀ? ਨਾ, ਕਦੀ ਚਪੇੜ ਨਹੀਂ ਮਾਰੀ ਸੀ। ਮੈਨੂੰ ਕਹਿੰਦਾ ਕਿ ਜਨਾਨੀ ਨੂੰ ਕੁੱਟਣਾ ਕਾਹਦਾ, ਕਹਿੰਦਾ ਉਹ ਗਲਤ ਬੰਦੇ ਜਿਹੜੇ ਜਨਾਨੀ ਨੂੰ ਕੁੱਟਦੇ, ਕਹਿੰਦਾ ਮੈਂ ਤਾਂ ਚਪੇੜ ਮਾਰ ਕੇ ਨਹੀਂ ਵੇਖੀ। ਮਿੰਟ ਨਹੀਂ ਸੀ ਬਾਅਦ, ਦਾਰੂ ਪੀਤੀ ਸੀ, ਗੋਲੀਆਂ ਗੋਲੀਆਂ ਖਾਂਦਾ। ਨਸ਼ਾ ਕਰਦਾ ਸੀ ਕੋਈ? ਕੀ ਨਸ਼ਾ ਕਰਦਾ ਸੀ? ਸ਼ਰਾਬ ਪੀਂਦਾ, ਗੋਲੀਆਂ ਵੀ ਖਾਂਦਾ। ਤੇ ਜਦੋਂ ਤੁਸੀਂ ਆਏ ਆ ਇੱਥੇ ਕੀ ਦੇਖਿਆ? ਮੌਕੇ ਦੇ ਕੋਲ ਪੁਲਿਸ ਆਈ, ਕੋਈ ਕਿੱਦਾਂ ਕੀ ਕੀਤਾ? ਮੋਦੀ ਪਈ ਸੀ ਰਸੋਈ 'ਚ, ਤਾਂ ਵੇਖਣ ਨਹੀਂ ਦਿੱਤਾ ਕੁਛ ਵੀ, ਇੱਥੇ ਤਾਂ ਬਹੁਤ ਇਕੱਠ ਸੀਗਾ। ਦੇਖੋ, ਗੱਲ ਇਹ ਹੈ ਵੀ ਜਿਹੜੇ ਕੁੜੀ ਮਰੀ ਹੈ, ਬਬਲੀ ਸਾਡੀ ਬੱਚੀ ਹੈ, ਸਾਡੇ ਮੁਹੱਲੇ 'ਚ ਸਾਡੇ ਹੱਥਾਂ 'ਚ ਪਲੀ ਹੈ ਜੀ। ਸਾਡੇ ਨਾਲ ਤੀਸਰਾ ਘਰ ਇਹਨਾਂ ਦਾ ਜੀ, ਚੱਕੀ ਗਲੀ ਗਲੀ 'ਚ ਹੀ ਰਹਿੰਦੇ ਸੀ ਇਹ ਵੀ ਜੀ। ਅਤੇ ਜਿਹੜਾ ਇਹਦਾ ਹਸਬੈਂਡ ਸੀਗਾ ਉਹ ਥੋੜ੍ਹਾ ਨਸ਼ੇ ਦਾ ਆਦੀ ਸੀਗਾ, ਕਾਫੀ ਵਾਰੀ ਡਿਸਪਿਊਟ ਜਿਹਾ ਹੋਇਆ। ਚਲੋ ਅਸੀਂ ਟਿਕਟ ਕਰਾਤਾ, ਵਧੀਆ ਰਹੇ। ਦੋ ਬੇਟੇ ਹੈ, ਵਧੀਆ, ਕੋਈ 8 ਸਾਲ ਦਾ, 11 ਸਾਲ ਦਾ, ਦੋਵੇਂ ਕੁਦਰਤੀ ਘਰੇ ਨਹੀਂ ਸੀਗੇ। ਕੋਈ ਰੋਟੀ ਪਾਣੀ ਦਾ ਖਾਣ ਦਾ ਇੰਤਜ਼ਾਮ ਸੀ, ਬੈੱਡ 'ਤੇ ਰੋਟੀ ਵੀ ਉਵੇਂ ਪਈ ਹੈ। ਪਹਿਲਾਂ ਕੋਈ ਕਿਸੇ ਗੱਲ 'ਤੇ ਬਹਿਸ ਹੋ ਗਈ, ਮੁੰਡੇ ਨੇ ਦਾਤੀ ਚੱਕ ਲਈ, ਦਾਤੀ ਮਾਰੀ, ਦੋ ਤਿੰਨ ਵਜੇ ਹੱਥੋਂ ਪਾਈ ਹੋਏ, ਦਾਤੀ ਟੁੱਟ ਗਈ, ਪੜਦੇ ਜਾਣੇ ਵੀ ਦਾਤੀ ਫਸੀ ਹੋਈ ਆ, ਹੈਂਡਲ ਅੱਡ ਪਿਆ। ਉਦੋਂ ਬਾਅਦ ਮਤਲਬ ਰਸੋਈ ਚਲੀ ਗਈ ਕੁੜੀ, ਕਹਿੰਦੀ ਵੀ ਤੂੰ ਰੋਜ਼ ਦਾ ਸਿਆਪਾ ਤੇਰਾ। ਉਦੋਂ ਬਾਅਦ ਰਸੋਈ 'ਚ ਮੁੰਡੇ ਨੇ ਤਵਾ ਚੱਕ ਕੇ ਉਹਦੇ 10 ਵਾਰੀ ਸਿਰ 'ਤੇ ਤਵੇ ਦਾ ਵਾਰ ਕੀਤਾ, ਉਹਦੇ ਸਿਰ ਸਾਰਾ ਖੋਲ੍ਹਤਾ, ਇਹ ਜਿਹੜੇ ਪੀਸ ਉਹਦੇ ਕੰਧਾਂ ਦੇ ਨਾਲ ਵੱਜੇ ਪਏ ਆ ਸਿਰ 'ਤੇ। ਹੁਣ ਮੈਂ ਆਪ ਜਾ ਕੇ, ਐਂਬੂਲੈਂਸ ਨਹੀਂ ਆਈ, ਪੁਲਿਸ ਵਾਲਿਆਂ ਨੇ ਫੋਨ ਕੀਤਾ ਨਹੀਂ ਆਈ, ਫਿਰ ਮੈਨੂੰ ਫੋਨ ਆਇਆ ਉਹਨਾਂ ਦਾ, ਫਿਰ ਮੈਂ ਆਪਦੀ ਗੱਡੀ 'ਚ ਉਹ ਬੇਟੀ ਨੂੰ ਲੈ ਕੇ ਆ ਕੇ ਹੁਣੀ ਮੈਂ ਲਾਸ਼ ਘਰ 'ਚ ਜਮ੍ਹਾਂ ਕਰਵਾਇਆ। ਸੁਣਨ 'ਚ ਇਹ ਵੀ ਆਇਆ ਕਿ ਉਹ ਜਿਹੜਾ ਜਿਹਨੇ ਮਰਡਰ ਕੀਤਾ ਉਹ ਆਪ ਖੁਦ ਜਾ ਕੇ ਜਿਹੜਾ ਪੇਸ਼ ਥਾਣੇ ਪੇਸ਼ ਹਾਂਜੀ ਹਾਂਜੀ ਉਹ ਮਾਰਨ ਤੋਂ ਬਾਅਦ ਉਹ ਪੁਲਿਸ ਵਾਲਿਆਂ ਕੋਲ ਜਾ ਕੇ ਆਇਆ। ਮੇਰੀ ਪੁਲਿਸ ਵਾਲਿਆਂ ਨਾਲ ਵੀ ਗੱਲ ਹੋਈ ਆ,
वो कहता भी मैं जो कुछ करना सी करता, अगे मैं पौआ पीना से, अज मैं पानी बोतल पीती है, मैं धारिया वैसे नूं मैं मारना, अज मैं मारती है। सर किन्ने कु वजे दा वाकया है? इह तकरीबन घंटा पहला ला लो। किन्नी कु उमर है लेडीज दी जी गल करीए? होगी कोई 32 साल दे आस पास। मैरिज हुई है इहनां दी? हाँ जी हाँ जी मैरिज हुई है, दो बच्चे है जी, एक मुंडा है 9 साल का, 11-12 साल का। बच्चे घर नहीं सी प्रधान जी? कुदरती बच्चे नहीं सी, एक बेटा गुरुद्वारे गया सी, एक मुंडा डायरी दी नौकरी करता सीगा, दोवें बच्चे घरे नहीं सी, दोवें मियां भी घरे सीगे जी। ये पहला भी इदा रौला पैंदा हुंदा नहीं? आपस च माड़ी मोटी हरे को हर घरे तू तू मैं हुंदी रहिंदी, कोई इहो जी गल नहीं, माड़ा मोटा होया सी, पर अज पता नहीं जिवें परमात्मा ने कोई बेचारी कुड़ी दा हड्डी दा काल ही सीगा, ते अज ओह एडा वड्डा कांड हो गया। इस नूं मारिया की नहीं? मारिया उहदे हसबैंड ने मारिया जी, तवे नाल मारिया, मैं खुद जाके आया जदों कुड़ी दी बॉडी पई सी, ओह रसोई दे विच पई सी, ते ओह कुड़ी बहुत मतलब तुसीं ਉਹਦਾ ਸਿਰ ਸਾਰਾ ਖੁੱਲ੍ਹਿਆ ਪਿਆ ਸੀ, ਪੀਸਿਸ ਉਹਦੇ ਕੰਧਾਂ ਦੇ ਨਾਲ ਪਏ, ਚਿਮੜੇ ਪਏ ਸੀ, ਅਸੀਂ ਖੁਦ ਮੇਰੇ ਕੰਬਲ ਕੁੰਬਲ ਲੈ ਕੇ ਮੈਂ ਆਪਦੇ ਹੱਥਾਂ ਨਾਲ ਲੈ ਕੇ ਆਇਆ ਬੋਡੀ। ਮੌਕੇ ਵਾਰਦਾਤ 'ਤੇ ਪੁਲਿਸ ਪਹੁੰਚੀ ਜਾਂ? ਹਾਂਜੀ ਪੁਲਿਸ ਪਹੁੰਚ ਗਈ ਸੀ। ਆਪ ਹੀ ਖੁਦ ਲੈ ਕੇ ਆਏ? ਨਹੀਂ ਨਹੀਂ ਪੁਲਿਸ ਪਹੁੰਚ ਗਈ ਸੀ, ਪਰ ਐਂਬੂਲੈਂਸ ਨਹੀਂ ਸੀ ਪਹੁੰਚੀ। ਓਕੇ, ਫਿਰ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਸਾਡੀ ਮਦਦ ਕਰੋ, ਫਿਰ ਮੈਂ ਕਿਹਾ ਕੋਈ ਨਹੀਂ ਮੇਰੀ ਗੱਡੀ ਹੈਗੀ, ਮੈਂ ਲੈ ਕੇ ਆਉਂਦਾ। ਤੁਹਾਡੇ ਵੱਲੋਂ ਕੀ ਹੈਲਪ ਕੀਤੀ ਗਈ ਉਹਨਾਂ ਨੂੰ? ਦੇਖੋ ਇਹ ਹੈ ਵੀ ਹੁਣ ਇੱਕ ਵਾਰੀ ਬੋਡੀ ਐਡਮਿਟ ਕਰਾਤੀ ਹੈ, ਜੋ ਬਣਦੀ ਕਾਰਵਾਈ ਹੈ ਉਹ ਸਵੇਰੇ ਹੋਊਗੀ, ਕਿ ਐਪਲੀਕੇਸ਼ਨ ਦਵਾਤੀ ਹੈ ਵੀ ਸਾਡਾ ਬੇਟੀ ਦਾ ਕਤਲ ਹੋਇਆ। ਜਿਵੇਂ ਕਿ ਇਹਨਾਂ ਦਾ ਨਾਮ ਤਾਂ ਨੀਲਮ ਰੱਖਿਆ ਹੋਇਆ ਸੀ ਜੀ, ਮੇਰੇ ਨਾਲ 6 ਮਹੀਨੇ ਦੇ ਮੈਂ ਇੱਥੇ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਕੋਲੇ। ਘਰ ਵਾਲੇ ਵੱਲੋਂ ਮਾਰਿਆ ਗਿਆ? ਹਾਂਜੀ ਘਰ ਵਾਲੇ ਵੱਲੋਂ ਕਿਹਾ ਗਿਆ ਵੀ ਮਾਰਿਆ ਗਿਆ, ਵੀ ਉਹਨੇ ਮਾਰਿਆ ਗਾ, ਖੁਦ ਆਪ ਹੀ ਬਿਆਨ ਕਰ ਗਿਆ ਜੀ ਉਹ ਵੀ ਮੈਂ ਇਸ ਗੱਲ ਮਾਰ ਚੁੱਕਿਆ ਗਾ ਜੀ। ਨਸ਼ਾ ਪੱਤਾ ਕਰਦਾ? ਨਸ਼ਾ ਪੱਤਾ ਕਰਦਾ ਸੀ ਵੀ ਜੀ। ਕਿੰਨੇ ਕੁ ਵਜੇ ਦਾ ਵਾਕਿਆ ਲੱਗਿਆ? ਆਪਦੇ ਭੈਣ ਬਣਾਈ ਆ ਮੈਨੂੰ ਵੀ, ਹੁਣ ਉਹਨੇ ਕਿਹਾ ਕਹਿੰਦਾ ਮੇਰੇ ਘਰ ਵਾਲਾ ਮੇਰਾ ਮਰਿਆ ਹੋਇਆ ਜੀ, ਮੇਰੇ 3 ਬੱਚੇ ਨੇ ਗਾਹਾਂ, ਮੈਨੂੰ ਕਹਿੰਦਾ ਭੈਣੇ ਮੈਨੂੰ ਪੈਸੇ ਠੀਕਰ ਦੀ ਲੋੜ ਆ, ਮੈਨੂੰ ਦੇ, ਮੈਂ ਪੈਸਾ ਠੀਕਰ ਵੀ ਉਹਨੂੰ ਦਿੱਤਾ ਕਰਿਆ ਵੀ ਨਹੀਂ ਤੁਹਾਡੇ ਘਰ 'ਚ ਕਲੇਸ਼ ਨਾ ਨਿਬੜੇ ਜਾਂ ਤੁਹਾਡੇ ਲੜਾਈ ਪੜ੍ਹਾਈ ਕੁਛ ਨਾ ਰਹੇ, ਵੀ ਉਹ ਮੇਰੀ ਸਹੇਲੀ ਆ, ਚੱਲ ਕੁਛ ਵੀ ਆ, ਫਰੈਂਡ ਸਰਕਲ ਦੇ ਵਿੱਚ ਮੈਂ ਉਹਦੀ 50,000 ਤੱਕ ਮਦਦ ਵੀ ਕੀਤੀ ਹੈ ਜੀ, ਪਰ ਉਹ ਬੰਦੇ ਨੇ ਫਿਰ ਵੀ ਅੱਜ ਕਦੇ ਇੱਦਾਂ ਨਹੀਂ ਤਾਂ ਕੋਈ ਗੱਲ ਨਹੀਂ ਸੀ ਹੋਈ, ਪਰ ਆਪਸ ਵਿੱਚ ਦੋਨਾਂ ਜੀਆਂ 'ਚ ਅੱਜ ਉਹਨੇ ਇਹ ਹਾਦਸਾ ਇੱਕਦਮ ਕੀ ਕੀਤਾ ਸ਼ੋਟ ਹੀ ਲੱਗ ਰਿਹਾ ਇਸ ਗੱਲ ਦਾ। ਪਤਾ ਲੱਗਿਆ ਕਾਹਦੇ ਨਾਲ ਮਾਰਿਆ ਉਹਨੂੰ ਜੀ? ਕੁਛ ਨਹੀਂ ਕਹਿ ਸਕਦੇ, ਕੁਛ ਵੀ ਨਹੀਂ ਪਤਾ ਹੈਗਾ, ਉਹਨਾਂ ਦੀ ਆਇਆ ਨੂੰ ਦੇਖਿਆ ਹੀ ਹੈ ਜੀ ਸਿਰਫ।